ਪ੍ਰਿਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਜ਼ਲਟ ਗਿਣੇ ਨਹੀਂ ਜਾ ਸਕਦੇ ਅਤੇ ਮੈਂ ਚਾਹਾਂਗਾ ਕਿ ਜਿਹੜੇ ਉਹ ਰਿਜ਼ਲਟ ਲੈਣ ਵਾਲੇ ਲੋਕ ਨੇ ਉਹ ਆਪ ਆ ਕੇ ਦੱਸਣ ਆਪਣੀ ਸਾਰੀ ਵਿਚਾਰ ਤਾਂ ਜ਼ਿਆਦਾ ਚੰਗਾ ਹੋਏਗਾ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਜਿਵੇਂ ਉਸੇ ਭੁਪਿੰਦਰ ਕੌਰ ਦੀ ਗੱਲ ਕਰਦੇ ਸੀ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜਾ ਨੈਗੇਟਿਵ ਅਤੇ ਟੁੱਟਾ ਹੈ ਇੱਕ ਤਰ੍ਹਾਂ ਦਾ ਇਹ ਵਰਲਡ ਨੂੰ ਗਿਫਟ ਮਿਲਿਆ ਅਤੇ ਨਾਲੇ ਇਹ ਕਿਸੇ ਇਨਸਾਨ ਦੀ ਖੋਜ ਨਹੀਂ ਹੈ ਸਾਡੇ ਰਿਸ਼ੀ ਮੁਨੀ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਦੱਸਦੇ ਕਿ ਜਿਹੜੇ ਜਿਨ੍ਹਾਂ ਨੇ ਇਸਦੀ ਖੋਜ ਕੀਤੀ ਹੈ ਸੁਸ਼ਰਤ ਰਿਸ਼ੀ ਮਹਾਰਿਸ਼ੀ ਜੀ ਇਹ 800 BC ਵਿੱਚ ਹੋਇਆ 800 BC ਤੋਂ ਲੈ ਕੇ 700 BC ਤੱਕ ਉਹਨਾਂ ਨੇ ਵਰਕ ਕੀਤਾ ਪਲਕਸ਼ ਸਰਜਰੀ ਦੇ ਵਿੱਚ ਅਤੇ ਜੜੀਆਂ ਬੂਟੀਆਂ ਦੇ ਵਿੱਚ ਦੂਰ ਸਰਜਰੀ ਦੇ ਸੰਬੰਧ ਦੇ ਵਿੱਚ ਅਤੇ ਇਸ ਸਮੇਂ ਦਾ ਇਹ ਜਿਹੜਾ ਇੱਕ ਫਾਰਮੂਲਾ ਦਬਾ ਕੇ ਰੱਖਿਆ ਪਿਆ ਸੀ 10-20-30-40 ਸਾਲ ਤੋਂ ਪਿੱਛੋਂ ਆਯੁਰਵੈਦਿਕ ਤੋਂ ਪ੍ਰੈਕਟੀਸ਼ਨਰ ਬਹੁਤ ਸਾਰੀ ਜੜੀਆਂ ਬੂਟੀਆਂ ਦੇ ਉੱਤੇ ਰਿਜ਼ਲਟ ਲਏ ਆ ਪਰ ਉਹ ਹਰ ਦਾ ਟਾਈਮ ਹੁੰਦੇ ਸਨ ਅਤੇ ਇਹ ਜਿਹੜਾ ਇੱਕ ਐਸਾ ਸਾਡੇ ਸਾਹਮਣੇ ਪ੍ਰੋਡਕਟ ਆਇਆ ਕਿ ਜਿਹਦੇ ਬਰਾਬਰ ਦੇ ਕੋਈ ਅੱਜ ਤੱਕ ਵਰਲਡ ਵਿੱਚ ਕੋਈ ਪ੍ਰੋਡਕਟ ਨਹੀਂ ਜਿਹੜਾ ਇਸ ਤਰ੍ਹਾਂ ਦਾ ਰਿਜ਼ਲਟ ਦੇ ਸਕੇ ਮੈਂ 10-20 ਹਾਰਟ ਦਾ ਪੇਸ਼ੈਂਟ ਹੈ ਪਹਿਲਾਂ ਮੇਰੀਆਂ 6 ਗੋਲੀਆਂ ਚੱਲਦੀਆਂ ਸੀ ਹੁਣ 4 ਰਹਿ ਗਈਆਂ ਅਤੇ ਹੌਲੇ ਹੌਲੇ ਕਰਕੇ ਆਪਾਂ ਆਉਣ ਵਾਲੇ ਦਿਨਾਂ ਦੇ ਮਹੀਨੇ 2 ਮਹੀਨੇ ਸਾਰੀਆਂ ਬੰਦ ਕਰ ਦੇਣੀ ਆ ਜਿਹੜੀ ਆਪਾਂ ਕਦੇ ਤੋਂ ਕਰ ਰਹੇ ਹਾਂ ਬਿਲਕੁਲ ਹਕੀਕਤ ਅਤੇ ਸੱਚ ਹੈ ਕੋਈ ਫਿਰਦੀ ਗੱਲ ਨਹੀਂ ਹੈ ਪਿੱਛੇ ਸਾਡੇ ਬੈਠੇ ਨੇ ਸਾਡੇ ਸਰਕਾਰ ਲੋਕ ਸੀਮਾ ਜੀ ਉਹਨਾਂ ਦੇ ਸਹੁਰਾ ਸਾਹਿਬ ਜੀ ਸਰਦਾਰ ਸੁਰਜੀਤ ਸਿੰਘ ਜੀ ਉਹਨਾਂ ਨੂੰ ਜਿਹੜੀ ਕਿਡਨੀ ਦੀ ਪ੍ਰੋਬਲਮ ਸੀ ਮੈਂ ਚਾਹੁੰਦਾ ਸੀ ਆਪ ਆ ਕੇ ਦੱਸਣ ਅਤੇ ਜ਼ਿਆਦਾ ਬਿਹਤਰ ਹੋਵੇਗਾ ਸੀਮਾ ਜੀ ਦੀ ਪ੍ਰੋਬਲਮ ਸੀ ਔਰ ਲਮਸਮ 1.5 ਮੰਥ ਤੋਂ ਅਸੀਂ ਮੈਡੀਸਿਨ ਲੈ ਰਹੇ ਹਾਂ ਉਹਨਾਂ ਦੀ ਬਿਲਕੁਲ ਡਾਇਲਸਿਸ ਬੰਦ ਹੈ ਖਾਣਾ ਖਾ ਰਹੇ ਹਾਂ ਪ੍ਰੋਪਰ ਬਿਲਕੁਲ ਬੈੱਡ 'ਤੇ ਸੀ ਵਿਦਾਊਟ ਰੋਟੀ ਵਿਦਾਊਟ ਪਾਣੀ ਔਰ ਇਸ ਟਾਈਮ ਪ੍ਰੋਪਰ 3 ਟਾਈਮ ਉਹ ਖਾਣਾ ਖਾ ਰਹੇ ਹੈ ਪ੍ਰੋਪਰ ਚਾਹ ਪਾਣੀ ਦੁੱਧ ਸਭ ਕੁਛ ਲੈ ਰਿਹਾ ਫਰੂਟ ਤੱਕ ਦੇ ਰਿਹਾ ਸੀ ਉਹਨਾਂ ਨੂੰ ਔਰ ਇਹ ਫਰੂਟ ਨੈਕਟਰ ਔਰ ਫਰੂਟਾ ਸੀ ਸਿਰਫ ਉਹਨਾਂ ਨੂੰ ਦੇ ਰਹੇ ਬਲਕਿ ਮੇਰੀ ਪੂਰੀ ਫੈਮਿਲੀ ਲੈ ਰਹੀ ਹੈ ਮੈਂ ਵੀ ਮੇਰਾ 3.5 ਸਾਲ ਦਾ ਬੇਬੀ ਹੈ ਬੱਚਾ ਮੇਰਾ ਔਰ 9 ਸਾਲ ਦੀ ਮੇਰੀ ਬਿਟੀਆ ਔਰ ਮੇਰੇ ਹਸਬੈਂਡ ਔਰ ਮੈਨੂੰ ਰਿਜ਼ਲਟ ਪਹਿਲੀ ਡੋਜ਼ 'ਤੇ ਆਇਆ ਸੀਗਾ ਅੱਜ ਮੈਂ ਖੜੀ ਹਾਂ ਥੈਂਕ ਯੂ ਦਲਜੀਤ ਜੀ ਜਿਨ੍ਹਾਂ ਨੇ ਇਹ ਚੀਜ਼ ਸਾਡੇ ਤੱਕ ਪਹੁੰਚਾਈ ਔਰ ਸਾਨੂੰ ਇਸ ਲਾਇਕ ਬਣਾਇਆ ਕਿ ਅੱਜ ਅਸੀਂ ਇੱਥੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਔਰ ਮੈਂ ਜਿੰਨਾ ਵੀ ਹੋ ਸਕਦਾ ਹੈ ਬਾਈ ਫੋਨ ਬਾਈ ਖੁਦ ਦੇ ਜਿਵੇਂ ਵੀ ਸੈਲਫ ਹੈ ਮੈਂ ਸਭ ਨੂੰ ਇਹ ਚੀਜ਼ ਦੱਸਦੀ ਹਾਂ ਕਿ ਚਲੋ ਭਲਾਈ ਸਹੀ ਕੋਈ ਜੁੜੇ ਸਹੀ ਇਸ ਚੀਜ਼ ਨਾਲ ਕੋਈ ਭਲਾ ਲਵੇ ਇਸ ਚੀਜ਼ ਦਾ ਜਿੱਥੇ ਤੱਕ ਹੋ ਸਕਦਾ ਹੈ ਮੈਂ ਮੇਰੇ ਹਸਬੈਂਡ ਸਭ ਨੂੰ ਇਸ ਚੀਜ਼ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਜੀ ਬਸ ਮੈਂ ਜਨਾਬ ਬੈਂਕਰ ਹੈਗਾ ਜੀ ਔਰ ਇਹਦੇ 'ਚ ਭਾਈ ਤਰਨਜੀਤ ਜੀ ਦਾ ਮੈਂ ਧੰਨਵਾਦੀ ਵੀ ਰਹੂੰਗਾ ਕਿਉਂਕਿ ਮੇਰੀ ਸਿਸਟਰ ਨੂੰ ਜਦੋਂ ਮੈਨੂੰ ਫੋਨ ਆਇਆ ਸੀ ਲਗਭਗ ਮਈ ਦੇ ਐਂਡ ਦੇ ਉੱਤੇ ਆਇਆ ਸੀ ਔਰ ਉਸ ਦਿਨ ਮੈਂ ਇਹ ਸੋਚਿਆ ਸੀਗਾ ਵੀ ਇਹ 15 ਦਿਨ ਕੱਢੂਗੀ ਕਿਉਂਕਿ ਉਹਨਾਂ ਦੀ ਹਾਰਟ ਪ੍ਰੋਬਲਮ ਸੀਗੀ ਜਿਹੜੀ ਉਹ ਲਗਭਗ 13 ਸਾਲਾਂ ਤੋਂ ਉਹਨਾਂ ਦੀ ਮੈਡੀਸਿਨ ਚੱਲ ਰਹੀ ਸੀ ਨਹੀਂ ਔਰ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਉਹਨਾਂ ਨੂੰ ਇੱਥੇ ਸੱਦ ਲਿਆ 2 ਮਹੀਨੇ ਯਾਨੀ ਕਿ ਮੈਂ ਉਹਨਾਂ ਨੂੰ ਆਪਦੇ ਕੋਲ ਰੱਖਿਆ ਪਰ ਜੋ ਆਪਣੇ ਨੈਕਟਰ ਔਰ ਫਰੂਟਾ ਦੇ ਰਿਜ਼ਲਟ ਆਪਾਂ ਨੂੰ ਮਿਲੇ ਉਹ ਲਗਭਗ 1 ਹਫ਼ਤੇ ਤੋਂ ਮਿਲਣੇ ਸ਼ੁਰੂ ਹੋ ਗਏ ਸੀ ਪਰ ਮੇਰੇ ਜਿਹੜੇ ਭਾਈ ਸਾਹਿਬ ਹੈਗੇ ਆ ਜਿਹਨਾਂ ਉਹਨਾਂ ਨੇ ਦੇਖਿਆ ਵੀ ਇਹ ਪੋਜੀਸ਼ਨ ਇਹਦੀ ਇੱਦਾਂ ਦੀ ਹੈ ਖੁਦ ਉਹਨਾਂ ਨੂੰ ਵੀ ਪ੍ਰੋਬਲਮ ਸੀ ਮੈਂ ਕਿਹਾ ਯੂਜ਼ ਕਰ ਲਓ ਤਾਂ ਉਹ ਸਿਰ ਨਾ ਚਲਾਉਂਦੇ ਹੁੰਦੇ ਸੀ ਹੁਣ ਜਦੋਂ ਸਿਸਟਰ ਪਿੰਡ ਚਲੇ ਗਏ ਹੈ ਸਰਦਾਰ ਸਾਹਿਬ ਨੇ ਵੀ ਯੂਜ਼ ਕਰ ਦਿੱਤੀ ਹੈ ਤਾਂ ਮੈਂ 15 ਦਿਨਾਂ ਦੇ ਵਿੱਚ ਉਹਨਾਂ ਨੂੰ ਦੇਖ ਲਿਆ ਨਾ ਫਰੂਟਾ ਔਰ ਨੈਕਟਰ ਜੋ ਉਹਨਾਂ ਦੀ ਗੋਡਿਆਂ ਦੀ ਸਮੱਸਿਆ ਸੀ ਉਹ ਬਿਲਕੁਲ ਸਹੀ ਹੈ ਔਰ ਅੱਜ ਮੈਂ ਚੱਲਿਆ ਕੈਂਸਰ ਵਾਸਤੇ ਦੇਣ ਵਾਸਤੇ ਔਰ ਇਵਨ ਕਿ ਇੱਥੇ ਇੱਕ ਗਰੀਬ ਫੈਮਿਲੀ ਸੀ ਜਿਨ੍ਹਾਂ ਦੇ ਵਿੱਚ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਮਿਰਾਕਲ ਰਿਜ਼ਲਟ ਮਿਲਿਆ ਸੈਣੀ ਸਾਹਿਬ ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਸੈਣੀ ਸਾਹਿਬ ਹੋਰਾਂ ਦਾ ਔਰ ਡਾਕਟਰ ਚਾਵਲਾ ਦਾ ਜਿਨ੍ਹਾਂ ਨੇ ਸਾਰੀ ਦੁਨੀਆ ਵਾਸਤੇ ਐਡਾ ਜ਼ਬਰਦਸਤ ਪ੍ਰੋਡਕਟ ਲਾਂਚ ਕਰ ਦਿੱਤਾ ਥੈਂਕ ਯੂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤਮ ਸਿੰਘ ਮੈਂ ਸਰਕਾਰ ਦਾ ਲੰਬੀ ਮੈਂ ਕਹਿੰਦੇ ਸਰ ਮੈਨੂੰ ਕਹਿ ਰਹੇ ਸ਼ੋਰਟ 'ਚ ਕਰੋ 2 ਮਿੰਟਾਂ 'ਚ ਗੱਲ ਮੁਕਾਵਾਂਗੇ ਮੇਰੀ ਵਾਈਫ ਨੂੰ ਵੀ ਜਿਵੇਂ ਕਹਿ ਰਹੇ ਨੇ ਫੂਡ ਪੈਪ 'ਚ ਕੈਂਸਰ ਤੱਕ ਰੋਗ ਬਣ ਚੁੱਕਿਆ ਸੀ ਔਰ ਇੱਕ ਰਾਤ ਜਿਹੜੀ ਕਿ ਉਹਨਾਂ ਰੋਜ਼ 'ਤੇ ਕੱਢੀ ਸੀ ਕਹਿੰਦੀ ਇੱਥੋਂ ਦਰਦ ਸ਼ੁਰੂ ਹੁੰਦੀ ਹੈ ਇੱਥੋਂ ਤੱਕ ਚਲੀ ਜਾਂਦੀ ਹੈ ਐਂ ਲੱਗਦਾ ਜਿਵੇਂ ਮੇਰੀ ਕੁੱਕਰ ਨਹੀਂ ਘੁੱਟ ਰਿਹਾ ਸਾਹ ਨਹੀਂ ਆਉਂਦਾ ਸੀ ਰਾਤ ਨੂੰ ਅਤੇ ਮੈਂ ਨਾਲ ਤਾਂ ਮੰਜੇ ਸੁੱਤਾ ਸੁਬਾਹ ਮੈਨੂੰ ਦੱਸਿਆ ਮੈਨੂੰ ਉਠਾਇਆ ਵੀ ਨਹੀਂ ਸੀ ਮੇਰੇ ਨਿਸ਼ੀ ਨੇ ਵੀ ਮੈਨੂੰ ਆਹ ਪ੍ਰੋਬਲਮ ਹੈ ਮੈਂ ਤੜਕੇ ਮੈਨੂੰ ਉੱਠਿਆ ਅਤੇ ਮੈਂ ਇਹਨੂੰ ਕਹਿੰਦੀ ਵੀ ਆਹ ਪ੍ਰੋਬਲਮ ਹੋ ਗਈ ਸੀ ਮੈਨੂੰ ਵੀ ਮੈਨੂੰ ਰਾਤ ਸਾਹ ਨਹੀਂ ਆਉਂਦਾ ਅਤੇ ਮੈਨੂੰ ਐਂ ਲੱਗਦਾ ਸੀ ਵੀ ਇੱਕ ਸਾਹ ਆਉਂਦਾ ਦੂਸਰਾ ਆਉਣਾ ਕਿ ਨਹੀਂ ਆਉਣਾ ਅਤੇ ਮੈਂ ਤੁਸੀਂ ਵੀ ਕਿੰਨਾ ਗਲਤ ਕੀਤਾ ਮੈਨੂੰ ਉਠਾ ਤਾਂ ਲੈਂਦੇ
ਵੱਡਾ ਵੀਰਾ ਮੇਰਾ ਡਾਕਟਰ ਹੈ ਜਿਵੇਂ ਪਿੰਡਾਂ 'ਚ ਹੁੰਦੇ ਆ ਮੈਂ ਉਹਨੂੰ ਬੁਲਾਉਂਦੇ ਤਾਂ ਟੀਕਾ ਟੂਕਾ ਲਵਾ ਦਿੰਦੇ ਚੱਲ ਰਾਤ ਤਾਂ ਸੁੱਖ ਦੇ ਲੰਘਦੀ ਅਤੇ ਕਹਿੰਦੀ ਆਪਾਂ ਡਾਕਟਰ ਸਾਹਿਬ ਕੋਲ ਚੱਲੀਏ ਮੈਂ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਅਤੇ ਥੈਂਕਸ ਕਰਦਾ ਮੈਂ ਕਾਵਲ ਭਾਈ ਦਾ ਦਲਜੀਤ ਭਾਈ ਦਾ ਜਿਨ੍ਹਾਂ ਨੇ ਮੈਨੂੰ ਜਾ ਕੇ ਸਿਸਟਮ ਬਾਰੇ ਦੱਸਿਆ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ ਜੋ ਆਪਣਾ ਟਰੂ ਨੈਕਟਰ ਅਤੇ ਟਰੂ ਫਰੂਟਾ ਸੀ ਇਹ ਲੈਣ ਦੇ ਨਾਲ ਸਾਡੀ ਜਿਹੜੀ ਘਰ ਦੀ ਪ੍ਰੋਬਲਮ ਸੀ ਉਹ ਸੈੱਟ ਹੋਈ ਉਹਨੂੰ ਇੱਕ ਪ੍ਰੋਬਲਮ ਨਹੀਂ ਸੀ ਭਾਅ ਜੀ ਇੱਥੋਂ ਤਾਂ ਹੈਗੀ ਕਿ ਛਾਤੀ ਦਰਦ ਕਰਦੀ ਸੀ ਔਰ ਨਾਲ ਦੇ ਨਾਲ ਇੱਕ ਵੱਖੀ ਜਨਾ 8 ਤੋਂ 10 ਸਾਲ ਹੋ ਗਏ ਜਿਹੜੀ ਦਰਦ ਨਹੀਂ ਜਾਂਦੀ ਸੀ ਉਹਨਾਂ ਦੀ ਉਹ ਵੀ ਦਰਦ ਚਲੀ ਗਈ ਇਹ ਫਰੂਟਾ ਨੈਕਟਰ ਪੀਣ ਨਾਲ ਪਲੱਸ ਉਹਨਾਂ ਨੂੰ ਕੀ ਸੀ ਦੋ ਰੰਗੀ ਆਪਾਂ ਪਿੰਡ 'ਚ ਗੋਲੀ ਬੋਲਦੇ ਜਿਵੇਂ ਹੁਣ ਡਾਕਟਰ ਦਿੰਦੇ ਨੇ ਕੀ ਨਾਂ ਹੁੰਦਾ ਮੈਨੂੰ ਨਾਂ ਦੇ ਨਹੀਂ ਪਤਾ ਦੇਖ ਲਓ ਹੁੰਦੀ ਹੈ ਜੋ ਉਹਨਾਂ ਨੂੰ ਦੋ ਡੇਲੀ ਲੈਣੀ ਪੈਂਦੀ ਦੋ ਦਾ ਨਾਲ ਇੱਕ ਲੈਣੀ ਹੀ ਪੈਂਦੀ ਸੀ ਐਵੇਂ ਨਹੀਂ ਹੋ ਰਹਿ ਪਾਰੇ ਸੀ ਉਹਨਾਂ ਦੀ ਗੋਲੀ ਵੀ ਛੁੱਟ ਗਈ ਇੱਕ ਨਾਲ ਉਹਨਾਂ ਨੇ ਜਦੋਂ ਰੋਟੀ ਖਾਂਦੀ ਸੀ ਖਾਣਾ ਖਾਣ ਤੋਂ ਬਾਅਦ ਉਹਨੂੰ ਫਲੱਸ਼ ਜਾਣਾ ਪੈਂਦਾ ਸੀ ਜਿਸ ਦਿਨ ਦਾ ਇਹ ਨੈਕਟਰ ਦਾ ਫਰੂਟਾ ਸ਼ੁਰੂ ਕੀਤਾ ਉਹ ਵੀ ਬਿਮਾਰੀ ਮਗਰੋਂ ਲੈ ਗਈ ਸਾਡੀ ਇੱਕ ਉਹਨਾਂ ਪ੍ਰੋਬਲਮ ਸੀ ਜਦੋਂ ਰੋਟੀ ਪਕਾਉਣੀ ਹੈ ਉਹਨਾਂ ਮੂੰਹ ਸਿਰ ਬਲੇਟ ਕੇ ਛਿੱਕਾਂ ਬਹੁਤ ਆ ਰਹੀਆਂ ਨਿਸ਼ਾ ਜਿਹਨੂੰ ਪੰਜਾਬੀ 'ਚ ਕਹਿੰਦੇ ਐਲਰਜੀ ਸੀ ਅੱਜ ਕੋਈ ਮੂੰਹ ਨਹੀਂ ਬਲੇਟਦੇ ਇੱਦਾਂ ਹੀ ਰੋਟੀਆਂ ਪਕਾਉਂਦੇ ਨੇ ਮੈਨੂੰ ਅਜੇ ਸਵਾ ਮਹੀਨਾ ਕਿ 1.5 ਮਹੀਨਾ ਹੋਇਆ ਇਸ ਪ੍ਰੋਜੈਕਟ ਨਾਲ ਜੁੜੇ ਨੂੰ ਮੈਨੂੰ ਬਹੁਤ ਵਧੀਆ ਲੱਗਾ ਔਰ ਜਲਦ ਮਿਲਾ ਅਸੀਂ ਉਹ ਲੋਕਾਂ ਨੂੰ ਦੱਸ ਰਹੇ ਭੈਣਾਂ ਭਰਾਵਾਂ ਨੂੰ ਵੀ ਇਹਦੇ ਵਰਗਾ ਕੋਈ ਪ੍ਰੋਡਕਟ ਦੁਨੀਆ 'ਤੇ ਨਹੀਂ ਬਣਾ ਅਤੇ ਨਾ ਬਣ ਸਕਦਾ ਜੀ ਥੈਂਕ ਯੂ ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਮੈਨੂੰ ਸਭ ਡਾਕਟਰਾਂ ਨੇ ਕਹਿਤਾ ਤੇਰੀ ਮੈਡੀਸਿਨ ਕੋਈ ਨਹੀਂ ਛੁੱਟ ਸਕਦੀ ਇੱਦਾਂ ਕੀਤਾ ਚਾਵਲਾ ਸਰ ਡਾਕਟਰ ਸਾਹਿਬ ਸੀ ਉਹਨਾਂ ਨੇ ਉਹਨਾਂ ਨੂੰ ਮੈਡੀਸਿਨ ਦਿਖਾਈ ਕਿ ਮੈਂ ਇੱਥੋਂ ਨਾਰਾਜ਼ ਹੋ ਕੇ ਚਲੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਤੇਰੀ ਮੈਡੀਸਿਨ ਇੰਨੀ ਬੰਦ ਹੋਏਗੀ ਕਦੇ ਵੀ ਕਿ ਮੈਂ 3 ਸਾਲ ਕਰਦੀ ਕੋਰਸ ਹੈਗਾ ਕਹਿੰਦੇ ਇੱਥੋਂ ਤੱਕ ਕਿ ਸਰਕਾਰੀ ਹੋਸਪਿਟਲ 'ਚ ਵੀ ਔਰ ਸੰਜੀਵਨੀ ਡਾਕਟਰ ਕੋਲ ਉਹਨਾਂ ਨੇ ਕਿ 3 ਸਾਲ ਦਾ ਕੋਰਸ ਹੈ ਜੇ ਤੂੰ ਚੰਗੀ ਤਰ੍ਹਾਂ ਕਰ ਲਏਂਗੀ ਤਾਂ ਜੇ ਨਾਗਾ ਨਾ ਪੈਂਦੇ ਤੈਨੂੰ ਕਦੇ ਵੀ ਦੌਰੇ ਦੀ ਪ੍ਰੋਬਲਮ ਨਹੀਂ ਆਏਗੀ ਪਰ ਇੱਥੋਂ ਤੱਕ ਕਿ ਨੈਟਰ ਫਰੂਟਾ ਦਾ ਮੈਂ ਇਹ ਧੰਨਵਾਦ ਕਰਦੀ ਹਾਂ ਕਿ ਮੇਰੇ ਲਈ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਿਫਟ ਹੈ ਕਿ ਮੇਰੀ ਅੱਜ ਜਿਹੜੀ ਸਭ ਤੋਂ ਵੱਡੀ ਮੈਡੀਸਿਨ ਸੀ ਡਿਪਰੈਸ਼ਨ ਦੀ ਉਹ ਬੰਦ ਹੋ ਚੁੱਕੀ ਹੈ ਮੈਨੂੰ ਇਹ ਸਭ ਤੋਂ ਵੱਡਾ ਮੇਰੀ ਜ਼ਿੰਦਗੀ ਦਾ ਵੱਡਾ ਤੋਹਫਾ ਹੈ ਅਤੇ ਜਿੰਨੀ ਖੁਸ਼ੀ ਮੈਨੂੰ ਇਹਦੇ ਨਾਲ ਜੁੜ ਕੇ ਹੋਈ ਹੈ ਮੈਨੂੰ ਹੋਰ ਕਿਤੇ ਨਹੀਂ ਹੋਈ ਅਤੇ ਇਸ ਕਰਕੇ ਕਿ ਮੈਂ ਨਾ ਸਭ ਤੋਂ ਵੱਡਾ ਇੱਕ ਸੁਬਹਾ ਮੈਨੂੰ ਪਹਿਲਾਂ ਉਠਾਉਣਾ ਪੈਂਦਾ ਸੀ ਪਾਪਾ ਨੂੰ ਉਠਾਉਂਦੇ ਸੀ ਮੈਨੂੰ ਹੁਣ ਮੈਨੂੰ ਉਠਾਉਣ ਦੀ ਲੋੜ ਨਹੀਂ ਪੈਂਦੀ ਕਿ ਪਾਪਾ ਦੇ ਨਾਲ ਮੈਂ ਸਵੇਰੇ ਉੱਠ ਕੇ ਉਹਨਾਂ ਨਾਲ ਨਿਤਨੇਮ ਵੀ ਕਰਵਾਉਂਦੀ ਹਾਂ ਕਿ ਪਹਿਲੇ ਡਰ ਲੱਗਦਾ ਸੀ ਪਾਪਾ ਨੂੰ ਕਿ ਤੁਸੀਂ ਬੈਠ ਕੇ ਕਿਤੇ ਇਹਨਾਂ ਨੂੰ ਤੁਹਾਨੂੰ ਚੱਕਰ ਆ ਜਾਏ ਪਰ ਮੈਨੂੰ ਹੁਣ ਇਹ ਮੈਂ ਪਾਪਾ ਨੂੰ ਕਹਿਤਾ ਕਿ ਤੁਹਾਨੂੰ ਡਰਨ ਦੀ ਕੋਈ ਪ੍ਰੋਬਲਮ ਨਹੀਂ ਹੈ ਵੀ ਡਰਨ ਦੀ ਲੋੜ ਨਹੀਂ ਗੀ ਤੁਹਾਨੂੰ ਪਰ ਪਾਪਾ ਨੂੰ ਵੀ ਇੰਨਾ ਹੌਂਸਲਾ ਹੁਣ ਹੋਇਆ ਕਿ ਸਾਡੀ ਬੇਟੀ ਕੁਛ ਕਰਨ ਯੋਗ ਹੋ ਗਈ ਹੈ ਪਰ ਮੈਂ ਹੁਣ ਇੰਨਾ ਹੌਂਸਲਾ ਆਪਣੇ ਆਪ ਨੂੰ ਪੱਕਾ ਮੈਂ ਕਰ ਲਿਆ ਕਿ ਮੈਂ ਚਿਰ ਵੱਧ ਤੋਂ ਵੱਧ ਜਿੰਨਾ ਹੋ ਸਕਿਆ ਮੈਂ ਇਹਦੇ ਵਿੱਚ ਯੋਗਦਾਨ ਸਭ ਨਹੀਂ ਕਰਾਂਗੀ ਸਭ ਤੋਂ ਵੱਧ ਯੋਗਦਾਨ ਕਰਾਂਗੀ ਕਿ ਇਸ ਵਿੱਚ ਮੇਰੀ ਸਿਸਟਰ ਦਾ ਨਾਮ ਜੁੜਿਆ ਇਹ ਵਾਲੇ ਜਿਹੜੇ ਇਹ ਮੇਰੇ ਸਿਸਟਰ ਨੇ ਗਗਨਿੰਦਰ ਪਾਲਕਰ ਅਤੇ ਇਹਨਾਂ ਲਈ ਮੈਂ ਯੋਗਦਾਨ ਕਰਾਂਗੀ ਸਭ ਦੇ ਨਾਲ ਔਰ ਮੇਰੇ ਮੰਮਾ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਹੈ ਔਰ ਪਾਪਾ ਨੇ ਵੀ ਮੈਂ ਇਸ ਬਿਮਾਰੀ ਬਾਰੇ ਮੈਂ ਕਹਿ ਨਹੀਂ ਸਕਦੀ ਤੁਹਾਨੂੰ ਮੈਂ ਡਿੱਗ ਪੈਂਦੀ ਸੀ ਬਿਲਕੁਲ ਠੀਕ ਹੈ